ਮੈਂ ਉਹਨਾ ਟਾਈਮ ਅਨਸੰਤੋਸ਼ਟ ਰਿਹਾ ਜਿੰਨਾ ਟਾਈਮ ਜੱਜ ਸੰਤੋਸ਼ਟ ਨਹੀਂ ਹੋਏ ਜਦੋਂ ਮੈਂ ਕੰਪੀਟੀਸ਼ਨ ਖੇਡਿਆ ਬਾਡੀ ਬਿਲਡਿੰਗ ਦਾ ਮੋਟੀਵੇਸ਼ਨ ਵੀਡੀਓ ਆ ਤੁਹਾਡੇ ਲਈ ਇਹ ਮੇਰੇ ਦਿਮਾਗ 'ਚ ਇੱਕ ਹੀ ਗੱਲ ਚੱਲਦੀ ਸੀ ਜਦ ਮੈਂ ਮਿਹਨਤ ਕਰਦਾ ਹੁੰਦਾ ਸੀ ਤੇ ਇਹਦੇ ਲਈ ਪ੍ਰੈਪ ਕਰਦਾ ਸੀ ਇਹਦੇ ਲਈ ਤਿਆਰੀ ਕਰਦਾ ਸੀ ਮੈਨੂੰ ਇਹ ਸੀਗਾ ਕਿ ਕੋਈ ਯਾਰ ਮੇਰੇ ਤੋਂ ਵੱਧ ਨਾ ਇਸ ਟਾਈਮ ਮਿਹਨਤ ਕਰਦਾ ਹੋਵੇ ਕਿਉਂਕਿ ਜਿੱਦਣ ਮੈਂ ਫਾਈਨਲ ਦਿਨ ਬਾਰੇ ਸੋਚਦਾ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਜੇ ਆਪਾਂ ਉੱਥੇ ਜਾ ਕੇ ਹਾਰਦੇ ਆ ਤਾਂ ਆਪਾਂ ਐਕਸਕਿਊਜ਼ ਨਹੀਂ ਬਣਾ ਸਕਦੇ ਕਿ ਯਾਰ ਜੱਜਾਂ ਨੇ ਉਹਨੂੰ ਜਿਤਾਤਾ ਜਾਂ ਮੈਂ ਵਧੀਆ ਸੀ ਜੇ ਆਪ ਹਾਰਦੇ ਆ ਤਾਂ ਇਹਦਾ ਮਤਲਬ ਇਹ ਆ ਕਿ ਹੋਰ ਬੰਦਾ ਕੀ ਤੁਹਾਡੇ ਤੋਂ ਜ਼ਿਆਦਾ ਮਿਹਨਤ ਕਰ ਗਿਆ ਨੈਕਸਟ ਟਾਈਮ ਤੁਸੀਂ ਮਿਹਨਤ ਜ਼ਿਆਦਾ ਕਰਕੇ ਜਾਓ ਜਿਹੜਾ ਉਹ ਇਹ ਕੰਪੀਟੀਸ਼ਨ ਸੀ 2019 ਦੀ ਗੱਲ ਆ ਤੇ ਮੈਨੂੰ ਇਹਦੇ ਬਾਰੇ ਕੋਈ ਨੌਲੇਜ ਨਹੀਂ ਸੀ ਬੋਡੀ ਬਿਲਡਿੰਗ ਦੇ ਐਂਡ ਦੇ ਦਿਨਾਂ 'ਚ ਪੀਕ ਪੀਕ ਕਰਦੇ ਹੁੰਦੇ ਨੇ ਕਿ ਕਾਰਬੋਹਾਈਡਰੇਟ ਲੋ ਕਰਦੇ ਹੁੰਦੇ ਨੇ ਮੈਂ ਉਹਦੇ ਬਾਰੇ ਇੱਕ ਇੰਟਰਨੈਸ਼ਨਲ ਐਥਲੀਟ ਤੋਂ 올ੰਪੀਆ 5 ਵਾਰ ਜਿੱਤੇ ਉਹ ਤੋਂ ਮੈਂ ਟ੍ਰੇਨਿੰਗ ਲਈ ਤੇ ਦੋ ਮਾਂਥ ਦੀ ਉਹ ਤੋਂ ਮੈਂ ਟ੍ਰੇਨਰ ਲਈ ਸੀ ਮੇਰੀ ਬਾਡੀ ਪਹਿਲੇ ਹੀ ਵਧੀ ਸੀ ਉਹਨੂੰ ਕਿਹਾ ਯਾਰ ਮੈਂ ਕਿਹਾ ਮੈਗਰ ਲੈ ਦੇਣਾ ਚ ਮੇਰੀ ਹੈਲਪ ਕਰ ਦੀ ਉਹ ਬੰਦੇ ਨੇ ਮੈਨੂੰ ਕਿਹਾ ਸੀ ਕਿ ਫਾਸਟ ਕਾਰਡੀਓ ਕਰਨੀ ਆ ਸਵੇਰੇ 50 ਮਿੰਟ 40 ਮਿੰਟ ਜਾਂ ਫਿਰ ਇੰਨੀ ਡਾਈਟ ਖਾਣੀ ਆ ਤੇ ਜਦ ਮੈਂ ਉਹ ਚੀਜ਼ ਕਰਦਾ ਹੁੰਦਾ ਸੀ ਜਿਹੜੀ ਜਿਹੜੀ ਮੰਨ ਲਓ ਜੇ ਉਹਨੇ ਮੈਨੂੰ 30 ਮਿੰਟ ਕਹਿਤਾ ਯਾਰ ਕੋ 30 ਮਿੰਟ ਸਵੇਰੇ ਜਾ ਕੇ ਕਾਰਡੀਓ ਕਰਨੀ ਆ ਸ਼ਾਮ ਨੂੰ ਦੱਜਮ ਲਾਉਣੀਆਂ ਤਾਂ ਮੈਂ 40 ਮਿੰਟ ਕਰਕੇ ਆਉਂਦਾ ਸੀ ਮੈਨੂੰ ਇਹ ਸੀ ਕਿ ਯਾਰ ਮੇਰੇ ਕੋਈ ਘਾਟ ਨਾ ਰਹਿ ਜਵੇ ਕੀ ਪਤਾ ਉਹਨੇ ਕਿੰਨੇ ਲੈਵਲ ਤੇ ਕਿਹਾ ਮੈਂ ਸਲੋ ਕਰਦਾ ਹਾਂ ਮੈਂ 10 ਮਿੰਟ ਉਹਦੇ ਕਿਉਂਕਿ ਜੇ ਤੁਹਾਡੇ ਤੋਂ ਵੱਧ ਕੋਈ ਬੰਦਾ ਮਿਹਨਤ ਕਰਦਾ ਤਾਂ ਜਿੱਤਨੇ ਤਾਂ ਉਹਦਾ ਪੱਲਾ ਫੜਨਾ ਇੱਕ ਮੇਰੇ ਹੋਰ ਦਿਮਾਗ 'ਚ ਚੀਜ਼ ਆਉਂਦੀ ਹੁੰਦੀ ਸੀ ਕਿ ਯਾਰ ਤੂੰ ਹੁਣ ਆਪਣੇ ਕੰਮਕਾਰ ਛੱਡ ਕੇ ਇੱਕ ਕੰਪੀਟੀਸ਼ਨ ਲਈ ਪ੍ਰੈਪ ਕਰ ਰਿਹਾ ਤੇ ਇੰਨੀ ਮਿਹਨਤ ਕਰ ਰਿਹਾ ਦੋ ਟਾਈਮ ਉੱਤੇ ਜੀ ਕੰਮ ਵੀ ਕਰਦਾ ਇੱਥੇ ਕੈਨੇਡਾ ਦੇ ਵਿੱਚ ਉੱਤੇ ਡਾਈਟ ਇੰਨੀ ਮਹਿੰਗੀ ਖਾਣਾ ਉੱਤੇ ਜੀ ਉਹਨੇ ਬਾਈ ਨੇ ਵੀ ਇੰਨੇ ਪੈਸੇ ਲੈ ਲੇ ਫਿਰ ਤੂੰ ਸ਼ੋਅ ਉਤੇ ਵੀ ਜਾਣਾ ਉੱਥੇ ਬੁੱਕ ਕਰਾਉਣੇ ਨੇ ਹੋਟਲ ਜਾਂ ਫਿਰ ਜਿੰਨਾ ਵੀ ਇਹ ਖਰਚਾ ਮੈਂ ਸੋਚਦਾ ਹੁੰਦਾ ਕਿ ਯਾਰ ਇੰਨਾ ਖਰਚ ਕਰਿਆ ਤੇ ਤੂੰ ਜਿੱਤੇਗਾ ਜਾਂ ਨਹੀਂ ਜਿੱਤੇਗਾ ਇਹ ਵੀ ਮੇਰੇ ਦਿਮਾਗ 'ਚ ਉੱਥ ਇਹਨਾਂ ਨੂੰ ਮੈਂ ਕੱਢ ਦਿੰਦਾ ਸੀ ਮੈਂ ਸੋਚਦਾ ਸੀ ਕਿ ਮੈਨੂੰ ਇਹ ਚੀਜ਼ ਨਹੀਂ ਸੋਚਣੀ ਕਿ ਮੈਂ ਜਿੱਤੂੰਗਾ ਜਾਂ ਨਹੀਂ ਜਾਂ ਮੈਂ ਇੰਨੇ ਪੈਸੇ ਲਾਇਏ ਨੇ ਜਾਂ ਮੈਂ ਇਹਨਾਂ ਟਾਈਮ ਖਰਾਬ ਕਰਿਆ ਮੈਂ ਇੰਨੀ ਮਿਹਨਤ ਕਰ ਰਿਹਾ ਮੈਂ ਇੰਨਾ ਸਟ੍ਰਿਕਟ ਡਾਈਟਿੰਗ ਕਰ ਰਿਹਾ ਮੈਨੂੰ ਇਹ ਸੀ ਕਿ ਇਹ ਚੀਜ਼ ਨਹੀਂ ਮੈਂ ਸੋਚਣੀ ਆ ਮੈਂ ਸਿਰਫ ਐਂਡ ਵਾਲੇ ਦਿਨ ਬਾਰੇ ਸੋਚਣਾ ਕਿ ਉੱਥੇ ਸਟੇਜ ਤੇ ਕੀ ਹੋਊਗਾ ਕਿ ਪਹਿਲੀ ਵਾਰ ਕੰਪੀਟੀਸ਼ਨ ਲੜਨਾ ਦੇਖੀ ਜੂ ਜਿਹੜਾ ਕਿ ਹੋਊਗਾ ਪਰ ਆਪਣੀ ਮਿਹਨਤ ਕਰਕੇ ਜਾਓ ਹਾਰ ਦਾ ਉਹਨੂੰ ਡਰ ਹੁੰਦਾ ਜਿਹੜਾ ਬੰਦਾ ਮਿਹਨਤ ਨਹੀਂ ਕਰਕੇ ਜਾਂਦਾ ਤੁਸੀਂ ਉੱਥੇ ਜਾ ਕੇ ਹਾਰ ਦੇ ਜਿੱਤਦੇ ਹੋ ਔਰ ਬਾਅਦ ਦੀਆਂ ਗੱਲਾਂ ਨਹੀਂ ਪਰ ਮਿਹਨਤ ਇਹਦੇ ਹਿਸਾਬ ਨਾਲ ਕਰੋ ਚਾਹੇ ਤੁਹਾਡੀ ਕੋਈ ਵੀ ਗੇਮ ਆ ਕੁਝ ਵੀ ਚੀਜ਼ ਕਰਨੀ ਆ ਜ਼ਿੰਦਗੀ ਜਿ ਸਟੱਡੀ ਆ ਕਬੱਡੀ ਆ ਪਲਵਾਨੀ ਆ ਜਾਂ ਕੋਈ ਵੀ ਤੁਹਾਡੀ ਗੇਮ ਆ ਰੇਸਿੰਗ ਆ ਕੋਈ ਐਥਲੀਟ ਹੋਣ ਪ੍ਰੋਫੈਸ਼ਨਲ ਫੁੱਟਬਾਲਰ ਹੋ ਇਹਦੇ ਹਿਸਾਬ ਨਾਲ ਮਿਹਨਤ ਕਰੋ ਕਿ ਯਾਰ ਮੇਰੇ ਤੋਂ ਵੱਧ ਕੋਈ ਦੂਜੀ ਟੀਮ ਵਾਲਾ ਮਿਹਨਤ ਨਾ ਕਰਦਾ ਹੋਵੇ ਜੇ ਅਗਲੇ ਨਾਲ ਵੱਧ ਮਿਹਨਤ ਕਰ ਲਈ ਫਿਰ ਉਹਨੇ ਤੁਹਾਡੇ ਤੋਂ ਜਿੱਤੇ ਜਾਣਾ ਜਿੱਤ ਕੋਸ਼ ਬੰਦਾ ਨਹੀਂ ਦੇ ਦੀ ਇੱਥੇ ਸਾਰੇ ਕਿਸਮਤ ਬਰਾਬਰ ਲੈ ਕੇ ਆਏ ਹੋਏ ਨੇ ਜਿਹੜਾ ਮਿਹਨਤ ਕਰ ਜਾਂਦਾ ਇੱਥੇ ਉਹੀ ਵੱਡਾ ਸੋ ਕਾਮਯਾਬੀ ਤੁਹਾਡੇ ਕਦਮ ਚੁੰਬੂਗੀ ਜੇ ਤੁਸੀਂ ਮਿਹਨਤ ਕਰੋਗੇ ਜੇ ਅੱਜ ਹਾਰ ਗਏ ਕੋਈ ਚੱਕਰ ਨਹੀਂ ਨੈਕਸਟ ਟਾਈਮ ਸਹੀ ਉਹ ਘਾਟਾਂ ਪੂਰੀਆਂ ਕਰੋ ਮੈਂ ਉੱਥੇ ਪਹਿਲੀ ਵਾਰ ਇਹ ਸ਼ੋਅ ਲੜਿਆ ਸੀਗਾ ਮੈਨੂੰ ਕਿਸੇ ਮੁੰਡੇ ਨੇ ਕਹਤਾ ਸੀ ਯਾਰ ਕਹਿੰਦਾ ਭਾਈ ਲੜ ਲਾ ਬਾਡੀ ਕਹਿੰਦਾ ਤੇਰੀ ਬਾਡੀ ਵਧੀਆ ਨੇ ਮੈਂ ਕਿਹਾ ਯਾਰ ਭਾਈ ਇਹ ਤਾਂ ਤੁਮਾਨੂੰ ਬੱਤਾ ਬਾੜਾ ਕਰਦੇ ਨੇ ਵੀ ਆਪਾਂ ਕਿੱਥੇ ਲੜਾਂਗੇ ਉਹ ਕਹਿੰਦਾ ਨੈਚੁਰਲ ਆ ਕਹਿੰਦਾ ਤੇਰੇ ਵਰਗੀ ਹੋਣੇ ਨੇ ਭਾਈ ਉੱਥੇ ਕਹਿੰਦਾ ਕੋਈ ਬਾੜਾ ਬੜਾ ਨਹੀਂ ਹੋਣਾ ਮੈਂ ਲੜ ਲਿਆ ਪਹਿਲੀ ਵਾਰ ਕੰਪੀਟੀਸ਼ਨ ਸੀਗਾ ਮੈਂ ਇਹਦੀ ਢਾਈ ਪਹਿਲੀ ਬਾਡੀ ਲੀਨ ਸੀ ਦੋ ਮੱਥੇ ਤਿਆਰੀ ਕਰੀ ਤੇ ਐਂਡ ਦੇ ਪੀਕ ਵੀ ਕਰਿਆ ਆਪਾਂ ਵਧੀਆ ਚ ਪਰਫਾਰਮੈਂਸ ਦਿੱਤੀ ਤੇ ਮੇਰੇ ਮੇਰੀ ਕਲਾਸ ਦੇ ਵਿੱਚੋਂ ਪਹਿਲੀ ਵਾਰ ਫਾਸਟ ਪਲੇਸ ਆਈ ਆਪਣੀ ਕਲਾਸ ਦੇ ਵਿੱਚੋਂ ਜਿੰਨੇ ਵੀ ਪੂਰੇ ਓਵਰਾਲ ਐਥਲੀਟ ਸੀ ਉਹਨਾਂ 'ਚੋਂ ਮੇਰਾ ਨੰਬਰ ਆਇਆ ਦੂਜਾ ਸੋ ਮੈਂ ਆਪਣੀ ਕਲਾਸ ਦੇ ਵਿੱਚੋਂ ਫਾਸਟ ਆਇਆ ਪਹਿਲੀ ਵਾਰ ਏ ਆਪਾਂ ਕੋਈ ਬੋਡੀ ਬਿਲਡਰ ਨਹੀਂ ਹੈਗੇ ਕਿ ਬੋਡੀ ਬਿਲਡਿੰਗ ਕਰਨੀ ਆ ਮੇਰਾ ਇੱਕ ਸ਼ੌਂਕ ਸੀਗਾ ਕਿ ਯਾਰ ਸਟੇਜ ਤੇ ਇੱਕ ਵਾਰ ਜਾਣਾ ਪਰ ਜਦੋਂ ਮੈਨੂੰ ਪਤਾ ਲੱਗੇ ਕਿ ਕੰਪੀਟੀਸ਼ਨ ਇਹ ਨੇਚਰਲ ਆ ਤੇ ਟੈਸਟ ਹੋਣੇ ਨੇ ਬਾਡਾ ਦੇ ਥਰੂ ਆਪਾਂ ਲੜ ਲਏ ਆਪਣਾ ਸ਼ੌਂਕ ਸੀ ਆਪਾਂ ਪੂਰਾ ਕਰਿਆ ਸੋ ਜੇ ਤੁਹਾਡਾ ਵੀ ਕੋਈ ਸ਼ੌਂਕ ਆ ਇਦਾਂ ਦਾ ਤੁਸੀਂ ਪੂਰਾ ਕਰਨਾ ਬਸ ਉਹਦੇ ਵਿੱਚ ਮਿਹਨਤ ਕਰਕੇ ਜਾਇਓ ਕਿਉਂਕਿ ਫਿਰ ਉੱਥੇ ਜਾਣ ਦਾ ਕੋਈ ਫਾਇਦਾ ਨਹੀਂ ਜੇ ਤੁਹਾਡੇ ਕੋਲ ਪ੍ਰੋਪਰ ਹਥਿਆਰ ਹੀ ਨਹੀਂ ਲੜਾਈ 'ਚ ਜਾਣ ਦਾ ਫਾਇਦਾ ਨਹੀਂ ਕੋਈ ਫਿਰ ਉੱਥੇ ਪਤਾ ਕੀ ਆਪਣੀ ਪਿੱਠ ਪੱਕੀ ਲੱਗਣੀ ਆ ਤੇ ਜੇ ਹੁਣ ਮਿਹਨਤ ਕਰਕੇ ਜਾਂਦੇ ਆ ਫਿਰ ਪਿੱਠ ਲੱਜੇ ਤਾਂ ਵੀ ਕੁਝ ਨਹੀਂ ਫਿਰ ਆਪਾਂ ਨੂੰ ਉੱਥੇ ਆ ਕੇ ਪਤਾ ਤਾਂ ਲੱਗ ਜਾਂਦਾ ਵੀ ਕੀ ਘਾਟ ਰਹਿ ਗਈ ਸੋ ਆ ਚੀਜ਼ਾਂ ਨੇ ਤੁਹਾਡੇ ਲਈ ਕੋਈ ਵੀ ਤੁਹਾਡੇ ਗੋਲ ਨੇ ਉਹਤੇ ਪੂਰਾ ਜੋਰ ਮਾਰਦਿਆ ਕਰੋ ਕਿਉਂਕਿ ਜੇ ਤੁਸੀਂ ਪੂਰਾ ਜੋਰ ਮਾਰੋਗੇ ਤਾਂ ਕਿਸਮਤ ਤੁਹਾਡਾ ਹੱਕ ਨਹੀਂ ਕਦੇ ਵੀ ਰੱਖੂਗੀ ਇਹ ਚੀਜ਼ ਮੈਂ ਫੀਲ ਕਰੀਆ ਮੈਂ ਕਿਹਾ ਯਾਰ ਥੋਡੇ ਨਾਲ ਚਲੋ ਸ਼ੇਅਰ ਕਰਨੀ ਬਣਦੀ ਆ ਤੇ ਆਹੀ ਸਗੀ ਵੀਰੋ ਤੁਹਾਡੇ ਲਈ ਇਨਫੋਰਮੇਸ਼ਨ ਹੁਣ ਆਪਾਂ ਮਿਲਦੇ ਆ ਨੈਕਸਟ ਮਾਂਥ ਦਿਸ ਇ ਹੈਰੀ ਮਿਡਰ ਵਾਈ ਗਰੂ ਮੇਰ ਕਰੇ ਲਵ ਯੂ